ਹੈਲੋ, ਸਵਾਗਤ ਹੈ ਜੀ ਤੁਹਾਡਾ ਆਪਣੇ ਹਰਦੀਪ ਸਿੰਘ ਸਟੱਡੀ ਅਕੈਡਮੀ ਚੈਨਲ 'ਚ। ਅਤੇ ਇਸ ਵੇਲੇ ਦੀ ਬਹੁਤ ਵੱਡੀ ਖਬਰ ਆ ਰਹੀ ਹੈ, ਤਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਭ ਨੂੰ ਬੇਨਤੀ ਹੈ, ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ। ਵੀਡੀਓ 'ਚ ਬਹੁਤ ਹੀ ਇੰਪੋਰਟੈਂਟ ਗੱਲਾਂ ਨੇ ਤੁਹਾਡੇ ਨਾਲ ਸ਼ੇਅਰ ਕਰਾਂਗੇ, ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ। ਤਾਂ ਸ਼ੁਰੂ ਕਰਦੇ ਹਾਂ ਜੀ ਦੋਸਤੋ, ਤੋਂ ਆ ਰਹੀ ਹੈ ਪੰਜਾਬ 'ਚ ਸਕੂਲ 12 ਤੋਂ ਖੁੱਲ੍ਹਣ ਦੀ ਬਣੀ ਸੰਭਾਵਨਾ। ਸਰਕਾਰੀ ਸਕੂਲਾਂ ਦੇ ਅਧਿਆਪਕ ਵੀ ਮੈਦਾਨ 'ਚ ਆ ਗਏ ਨੇ, ਜੋ ਕਿ ਸਕੂਲ ਬੰਦ ਕਰ ਦਿੱਤੇ ਗਏ ਸਨ। ਅਤੇ ਸਾਰੇ ਮਾਪਿਆਂ ਵੱਲੋਂ, ਬੱਚਿਆਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਸਕੂਲ ਬੰਦ ਕਰਨ, ਬੰਦ ਸਕੂਲ ਖੋਲ੍ਹਣ, ਮੇਰੇ ਕਹਿਣ ਦਾ ਮਤਲਬ ਹੈ ਕਿ। ਪਰ ਸਰਕਾਰ ਵੱਲੋਂ ਕੋਈ ਵੀ ਸਪਸ਼ਟ ਨਹੀਂ ਕੀਤਾ ਗਿਆ। ਅਤੇ ਵਿਜੇਂਦਰ ਸਿੰਗਲਾ ਨੇ ਮਾਪਿਆਂ ਦੀ ਇਹ ਪੱਖ ਨੂੰ ਦੇਖਦਿਆਂ ਹੋਇਆ ਉਹਨਾਂ ਨੇ ਕਿਹਾ ਸੀ ਕਿ 8 ਅਪ੍ਰੈਲ ਨੂੰ ਮੀਟਿੰਗ ਨੂੰ ਅਸੀਂ ਕਹਿ ਸਕਦੇ ਹਾਂ ਕਿ ਸਕੂਲ ਖੋਲ੍ਹਣ ਦੀ ਸੰਭਾਵਨਾ। ਅਤੇ ਪ੍ਰਬੰਧਕਾਂ ਵੱਲੋਂ ਐਲਾਨ ਹੈ ਕਿ 12 ਅਪ੍ਰੈਲ ਨੂੰ ਸਕੂਲ ਖੋਲ੍ਹਣ ਦੀ ਸੰਭਾਵਨਾ ਦੋਸਤੋ ਹੈਗੀ ਹੈ। ਜੋ ਅੱਗੇ ਦੀ ਖਬਰ ਹੈ, ਮੈਂ ਪਹਿਲਾਂ ਹੀ ਕਹਿਤਾ, ਪ੍ਰਬੰਧਕਾਂ ਵੱਲੋਂ 12 ਤੋਂ ਸਕੂਲ ਖੋਲ੍ਹਣ ਦਾ ਐਲਾਨ ਹੈ। ਸਾਰੇ ਪੰਜਾਬ ਦੇ ਸਕੂਲ ਪ੍ਰਬੰਧਕ ਹੋਏ ਸਨ ਰੈਲੀ 'ਚ 71, ਅਤੇ ਮਾਨਸਾ ਤੋਂ ਖਬਰ ਆਈ ਹੋਈ ਹੈ। ਉਹਨਾਂ ਨੇ ਕਿਹਾ ਕਿ ਜਿੰਨੇ ਵੀ ਪੰਜਾਬ ਦੇ ਸੰਚਿਤ ਸਕੂਲਾਂ ਦੇ PSO ਹੈ, ਜਾਇੰਟ ਐਕਸ਼ਨ ਹੈ, ਕਮੇਟੀਆਂ ਦੇ ਅਤੇ ਮਾਪੇ ਆ, ਵਿਦਿਆਰਥੀ ਆ, ਕਿਸਾਨ ਯੂਨੀਅਨ ਆ, ਗੌਰਮੈਂਟ ਟੀਚਰ ਯੂਨੀਅਨ ਆ, DTF ਹੈ ਅਤੇ ਹੋਰ ਹੈ, 12 ਅਪ੍ਰੈਲ ਨੂੰ ਸਾਰੇ ਸਕੂਲ ਖੋਲ੍ਹਣ ਦਾ ਉਹਨਾਂ ਨੇ ਐਲਾਨ ਕਰ ਦਿੱਤਾ ਵਾ। ਅਤੇ ਜੋ ਪ੍ਰਾਈਵੇਟ ਹੈ ਜੋ ਵੀ ਹੈ, 10 ਅਪ੍ਰੈਲ ਤੋਂ ਅੱਗੇ ਵਧਾਉਂਦੀ ਹੈ, ਤਾਂ ਬਾਕੀ ਅਦਾਰੇ ਮਾਸ਼ ਹੈ ਆਪਦੇ ਠੇਕੀ ਰਹੀਆਂ, ਤਾਂ ਉਹ 12 ਅਪ੍ਰੈਲ ਤੋਂ ਆਪਣੇ ਆਪ ਸਕੂਲ ਖੋਲ੍ਹਣਗੇ। ਤਾਂ ਜੀ ਦੇਖੋ ਜੀ, ਬਹੁਤ ਵੱਡੀ ਖਬਰ ਸਾਹਮਣੇ ਆ ਰਹੀ ਹੈ। ਉਹਨਾਂ ਨੇ ਕਿਹਾ ਕਿ ਸਕੂਲ ਖੋਲ੍ਹਣ ਦੀ ਸੰਭਾਵਨਾ 12 ਅਪ੍ਰੈਲ ਤੋਂ ਬਣੀ ਹੋਈ ਹੈ। ਜੋ ਅਗਲੀ ਹੈ, ਬਹੁਤ ਆ ਰਹੀ ਹੈ 10ਵੀਂ ਅਤੇ 12ਵੀਂ ਵਾਲਿਆਂ ਵਾਸਤੇ ਪੇਪਰਾਂ ਦੇ ਬਾਰੇ ਬਹੁਤ ਵੱਡੀ ਖਬਰ ਆ ਰਹੀ ਹੈ। ਕਹਿ ਰਹੇ ਨੇ ਸਰਕਾਰੀ ਸਕੂਲਾਂ 'ਚ ਹੋਣਗੀਆਂ ਆਫਲਾਈਨ ਪ੍ਰੀਖਿਆਵਾਂ, 9ਵੀਂ ਅਤੇ 11ਵੀਂ ਦੀ ਪ੍ਰੀਖਿਆ ਅਤੇ ਪ੍ਰੈਕਟੀਕਲ 12 ਤੋਂ 23 ਅਪ੍ਰੈਲ ਤੱਕ ਕਰਵਾਉਣ ਦੀ ਹਦਾਇਤ। ਇੱਕ ਕਮਰੇ 'ਚ 15 ਵਿਦਿਆਰਥੀ ਹੀ ਦੇਣਗੇ ਪ੍ਰੀਖਿਆ। ਸਕੂਲ ਮੁਖੀਆਂ ਨੂੰ ਕਿਹਾ ਗਿਆ ਕਿ ਆਪਣੇ ਸਕੂਲ ਵਿੱਚ ਕੋਰੋਨਾ ਸਾਵਧਾਨੀ ਦਾ ਪਾਲਣ ਕਰਨਾ ਯਕੀਨੀ ਬਣਾਉਣ। ਪ੍ਰੀਖਿਆ ਦੌਰਾਨ ਕਿਸੇ ਵੀ ਕਮਰੇ ਵਿੱਚ 15 ਤੋਂ ਵੱਧ ਬੱਚੇ ਨਹੀਂ ਬਿਠਾਏ ਜਾਣ, ਜੇ ਵੱਧਦਾ ਤਾਂ ਸ਼ਿਫਟਾਂ 'ਚ ਪੇਪਰ ਲਏ ਜਾਣ। ਇਹ ਖਬਰ ਜੀ ਚੰਡੀਗੜ੍ਹ ਤੋਂ ਲਈ ਗਈ ਹੈ, 6 ਅਪ੍ਰੈਲ ਤੋਂ UT ਦੇ ਮਗਰ ਚੰਡੀਗੜ੍ਹ 4, ਤੁਸੀਂ ਦੇਖ ਸਕਦੇ ਹੋ ਜਿਵੇਂ ਕਿ ਦਿਖਾਇਆ ਗਿਆ ਇਹਨਾਂ ਨੇ ਕਿ ਚੰਡੀਗੜ੍ਹ ਦੇ, ਪੰਜਾਬ ਦੀ ਨਹੀਂ ਹੈਗੀ ਵਾਲੇ, ਇਹ ਸਾਰੇ ਜਿਹੜੇ ਚੰਡੀਗੜ੍ਹ ਦੇ ਅੰਡਰ ਸਕੂਲ ਆਉਂਦੇ ਆ ਚੰਡੀਗੜ੍ਹ ਸ਼ਹਿਰ 'ਚ, ਉਹਨਾਂ ਦੀਆਂ 9ਵੀਂ ਅਤੇ 11ਵੀਂ ਦੀਆਂ ਪ੍ਰੀਖਿਆਵਾਂ ਪ੍ਰੈਕਟੀਕਲ ਹੋਣਗੀਆਂ। ਅਤੇ ਜੋ ਤੁਹਾਨੂੰ ਕਿਹਾ ਵਾ, ਪੰਜਾਬ 'ਚ ਹਲੇ ਕੁਛ ਲਾਗੂ ਨਹੀਂ ਗਿਆ, ਪੰਜਾਬ 'ਚ 12 ਅਪ੍ਰੈਲ ਤੋਂ ਸਕੂਲ ਖੁੱਲ੍ਹਣ ਦੀ ਸੰਭਾਵਨਾ ਵਾ। ਤਾਂ ਐਸੇ ਨਵੀਂ ਅਪਡੇਟ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ, ਵੀਡੀਓ ਚੰਗੀ ਲੱਗੀ ਤਾਂ ਵੀਡੀਓ ਲਾਈਕ ਅਤੇ ਸ਼ੇਅਰ ਕਰੋ। ਮਿਲਦੇ ਹਾਂ ਅਗਲੀ ਵੀਡੀਓ 'ਚ।